ਕਾਂਗਰਸ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ ਸੋਨੀਆ ਗਾਂਧੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਰਹਿਣਗੇ ਮੌਜੂਦ। ਮੁੱਖ ਮੰਤਰੀਆਂ ਤੋਂ ਲਿਆ ਜਾਏਗਾ ਰਿਪੋਰਟ ਕਾਰਡ ਤੇ ਅਗਲੀ ਰਣਨੀਤੀ ਤੇ ਕੀਤੀ ਜਾਏਗੀ ਚਰਚਾ। ਕੇਂਦਰੀ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਕਾਲੀ ਸੂਚੀ ਚੋਂ ਵਿਦੇਸ਼ਾਂ 'ਚ ਰਹਿ ਰਹੇ 312 ਸਿੱਖਾਂ ਦੇ ਨਾਮ ਹਟਾਏ, ਹੁਣ ਭਾਰਤ ਆਉਣ ਲਈ ਮਿਲ ਸਕੇਗਾ ਵੀਜ਼ਾ। ਸਿਰਸਾ ਨੇ ਮੋਦੀ ਸਰਕਾਰ ਦਾ ਕੀਤਾ ਧੰਨਵਾਦ ਤੇ ਕਾਂਗਰਸ ਸਰਕਾਰ ਤੇ ਵਿੰਨੇ ਨਿਸ਼ਾਨੇ, ਕਾਲੀ ਸੂਚੀ 'ਚੋਂ ਹਟਾਏ ਗਏ ਨੇ 312 ਸਿੱਖਾਂ ਦੇ ਨਾਮ। ਦਿੱਲੀ 'ਚ ਰਵਿਦਾਸ ਮੰਦਰ ਨੂੰ ਤੋੜਨ ਦਾ ਮਾਮਲਾ, ਸੁਪਰੀਮ ਕੋਰਟ 'ਚ ਰਵਿਦਾਸ ਮੰਦਰ ਮਾਮਲੇ 'ਤੇ ਸੁਣਵਾਈ ਅੱਜ। ਰਵਿਦਾਸ ਭਾਈਚਾਰੇ ਵੱਲੋਂ ਮੁੜ ਉਸੇ ਥਾਂ ਮੰਦਰ ਬਣਾਉਣ ਦੀ ਕੀਤੀ ਗਈ ਹੈ ਮੰਗ। ਲੁਧਿਆਣਾ ਦੇ ਛਪਾਰ ਮੇਲੇ 'ਤੇ ਅੱਜ ਵੱਖ ਵੱਖ ਸਿਆਸੀ ਪਾਰਟੀਆਂ ਕਰਨਗੀਆਂ ਸਿਆਸੀ ਕਾਨਫਰੰਸਾਂ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਦਿੱਗਜ ਰਹਿਣਗੇ ਮੌਜੂਦ। ਫਰੀਦਕੋਟ 'ਚ PCR ਮੁਲਾਜ਼ਮ ਤੇ ਲੱਗੇ ਲੋਕਾਂ ਤੋਂ ਪੈਸੇ ਵਸੂਲਣ ਦੇ ਇਲਜ਼ਾਮ, ਚਲਾਨ ਕੱਟਣ ਦੇ ਨਾਮ ਤੇ ਲੋਕਾਂ ਤੋਂ ਪੈਸੇ ਵਸੂਲਣ ਦੇ ਇਲਜ਼ਾਮ। ਪਿੰਡ ਵਾਸੀਆਂ ਨੇ PCR ਮੁਲਾਜ਼ਮ ਨੂੰ ਘੇਰਿਆ, ਭੜਕੇ ਲੋਕਾਂ ਨੇ ਪਾੜੀ PCR ਮੁਲਾਜ਼ਮ ਦੀ ਵਰਦੀ।